तस्कर मुर्दाबाद, पंजाब सरकार मुर्दाबाद, लोगों का एकता जिंदाबाद, किसान कितने बंदे का एकता जिंदाबाद। मैं लखवीर सिंह लौंगल, सूबा जनरल सकत्तर क्रांतिकारी पेंडू मजदूर यूनियन पंजाब के वलों अज लौंगल थाने के नशा रोकू एक्शन कमेटी के वलों जिहड़ा धरना दिता जा रहा, धरना इस करके कि लौंगल दे विच इत्थों दी पुलिस दे सरप्रस्ती दे हेठ जिहड़ा खतरनाक नशे ने जिहड़े वह लौंगल दे विच शरेआम जिहड़े विक रहे ने। जदों इत्थों दे एस एच ओ दे नाल असीं गलबात लई आउणे आ, जदों इत्थों दे एस एच ओ नूं टेबल दे उत्ते आउणे आ, ਤਾਂ ਉਹ ਮਤਲਬ ਨਸ਼ਿਆਂ ਨੂੰ ਮੁੱਦੇ ਨੂੰ ਛੱਡ ਕੇ ਹੋਰ ਜਿਹੜੀਆਂ ਉਰਲੀਆਂ ਪਰਲੀਆਂ ਨੇ ਜਿਹੜੀਆਂ ਉਹ ਮਾਰਨੀਆਂ ਸ਼ੁਰੂ ਕਰ ਦਿੰਦਾ, ਜਿਹਦੇ ਲਈ ਮਤਲਬ ਇੱਥੋਂ ਤੱਕ ਨਸ਼ੇ ਦੇ ਵਪਾਰੀਆਂ ਦੇ ਹੌਂਸਲੇ ਨੇ ਜਿਹੜੇ ਉਹ ਬੁਲੰਦ ਹੋ ਚੁੱਕੇ ਆ ਕਿ ਉਹ ਲਗਾਤਾਰ ਜਿਹੜੇ ਨਸ਼ੇ ਦੇ ਸਮਗਲਰ ਨੇ ਉਹ ਇੱਥੋਂ ਦੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਝੂਠੇ ਐਫੀਡੈਵਿਟ ਲੈ ਕੇ ਉਹਨਾਂ ਦੇ ਘਰਾਂ ਦੀਆਂ ਰਜਿਸਟਰੀਆਂ, ਉਹਨਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ, ਉਹਨਾਂ ਦੇ ਪਲਾਟਾਂ ਦੀਆਂ ਰਜਿਸਟਰੀਆਂ, ਇੱਥੋਂ ਤੱਕ ਕਿ ਮੋਟਰਸਾਈਕਲਾਂ ਦੀਆਂ ਪੀਟਰ ਰੇੜੇ ਨੇ ਟਰੈਕਟਰਾਂ ਦੀਆਂ ਰਜਿਸਟਰੀਆਂ ਨੇ ਜਿਹੜੀਆਂ ਜਾਂ ਉਹਨਾਂ ਦੇ ਕਾਗਜ਼ ਨੇ ਜਿਹੜੇ ਉਹ ਮਤਲਬ ਉਹਨਾਂ ਤੋਂ ਗਹਿਣੇ ਆ ਜਿਹੜੇ ਕਰਾ ਲਿੱਤੇ ਜਾਂਦੇ ਨੇ ਅਤੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਚਿੱਟੇ ਦੇ ਰੂਪ ਦੇ ਅੰਦਰ ਲਾ ਕੇ ਅਤੇ ਉਹਨੂੰ ਲਗਾਤਾਰ ਮਤਲਬ ਇਹ ਵਰਤਾਰਾ ਜਿਹੜਾ ਵਾਪਰ ਰਿਹਾ। ਜਦੋਂ ਇੱਥੋਂ ਦੇ ਐਸ ਐਚ ਓ ਦੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਆ ਤਾਂ ਉਹਨਾਂ ਨੇ ਮਤਲਬ ਗੋਗਨੂਆਂ ਤੋਂ ਮਿੱਟੀ ਝਾੜਨ ਤੋਂ ਸਵਾਈ ਕੁਛ ਨਹੀਂ ਕੀਤਾ, ਜਿਹਦੇ ਲਈ ਅੱਕੇ ਹੋਏ ਲੌਂਗਵਾਲ ਦੇ ਵਾਸੀਆਂ ਨੇ ਅੱਜ ਵੱਡੀ ਗਿਣਤੀ ਦੇ ਅੰਦਰ ਜਿਹੜੇ ਇਕੱਠੇ ਹੋ ਕੇ ਇੱਥੋਂ ਦੇ ਐਸ ਐਚ ਓ ਸਾਹਿਬ ਨੂੰ ਦੱਸਣ ਆਏ ਨੇ, ਪੁਲਿਸ ਨੂੰ ਦੱਸਣ ਆਏ ਨੇ ਇਹ ਪੰਜਾਬ ਦੀ ਧਰਤੀ ਦੇ ਲੌਂਗਵਾਲ ਦਾ ਪਿੰਡ ਆ, ਜਿੱਥੇ ਮਤਲਬ ਇੱਥੇ 52 ਸ਼ਹੀਦਾਂ ਦੀ ਧਰਤੀ ਆ ਅਤੇ ਇਹੋ ਜਿਹੜੇ ਹੈਂਕੜਵਾਜ ਅਫਸਰ ਨੇ ਜਿਹੜੇ ਉਹ ਇਹੋ ਜਿਹੀ ਧਰਤੀ ਦੇ ਉੱਤੇ ਅਸੀਂ ਨਹੀਂ ਰਹਿਣ ਦੇਣਾ। ਮੈਂ ਗਵਿੰਦਰ ਸਿੰਘ ਮੋਹਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹ, ਪ੍ਰੈਸ ਸਕੱਤਰ ਸਰੂਰ। ਅੱਜ ਲੌਂਗੋਵਾਲ ਦੇ ਵਿੱਚ ਨਸ਼ਾ ਰੋਕੋ ਐਕਸ਼ਨ ਕਮੇਟੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਕੁਛ ਇੱਥੋਂ ਨਸ਼ਾ ਤਸਕਰਾਂ ਨੇ ਕੁਛ ਕਿਸਾਨਾਂ ਦੇ ਜਿਹੜੇ ਸੰਦ ਨੇ ਜਿਵੇਂ ਰੇੜਾ ਵਗੈਰਾ ਇਹ ਗਹਿਣੇ ਲੈ ਰੱਖੇ ਨੇਗੇ, ਜਾਣੀ ਬੜੀ ਹੈਰਾਨਗੀ ਦੀ ਗੱਲ ਹੈਗੀ ਵੀ ਅੱਗੇ ਜ਼ਮੀਨਾਂ ਗਹਿਣੇ ਕਰਕੇ ਕਿਸਾਨ ਆਪਦੀ ਕੋਈ ਕਬੀਲਦਾਰੀ ਕਿਉਂਦੇ ਹੁੰਦੇ, ਅੱਜ ਨਸ਼ਾ ਤਸਕਰਾਂ ਨੂੰ ਛੱਡ ਜਿਹੜੇ ਨਸ਼ਿਆਂ 'ਤੇ ਲੱਗੇ ਹੋਏ ਨੌਜਵਾਨ ਨੇ ਉਹ ਆਪਣੀਆਂ ਪ੍ਰੋਪਰਟੀਆਂ ਜਾਣੀ ਆਪਣੇ ਘਰਾਂ ਦੇ ਸਮਾਨ ਗਹਿਣੇ ਕਰਨ ਲੱਗੇ। ਉਹਦੇ ਸੰਬੰਧ ਵਿੱਚ ਥਾਣੇ ਨਾਲ ਗੱਲਬਾਤ ਕੀਤੀ ਤਾਂ ਥਾਣੇ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ, ਜਾਣੀ ਥਾਣੇਦਾਰ ਨੇ ਇੱਥੋਂ ਦੇ ਐਸ ਐਚ ਓ ਨੇ ਉਹਨਾਂ ਦੀ ਸਪੋਰਟ ਕੀਤੀ ਨਸ਼ਾ ਤਸਕਰਾਂ ਦੀ। ਇੱਥੋਂ ਪ੍ਰੂਫ ਇਹ ਹੁੰਦਾ ਵੀ ਪੁਲਿਸ ਪ੍ਰਸ਼ਾਸਨ ਇਨਵੋਲਵ ਹੈ ਇਹਦੇ ਵਿੱਚ ਵੱਡੀ ਪੱਧਰ 'ਤੇ, ਸਰਕਾਰ ਇਨਵੋਲਵ ਹੈ, ਸਰਕਾਰਾਂ ਦੇ ਮੰਤਰੀ MLA MP ਇਨਵੋਲਵ ਨੇ। ਇਸ ਕਰਕੇ ਅਸੀਂ ਸੰਸਾਰ ਲੋਕਾਂ ਨੂੰ ਜਗਾਉਣ ਵਾਸਤੇ, ਲੋਕਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਵੀ ਆਹ ਕੁਛ ਪੰਜਾਬ ਵਿੱਚ ਹੋ ਰਿਹਾ ਇਹਨੂੰ ਰੋਕਣ ਵਾਸਤੇ ਵੱਡੀ ਕਰਕੇ ਇੱਕ ਇੱਥੇ ਪਿੰਡ ਦੀ ਕਮੇਟੀ ਬਣਾਈ ਗਈ ਹੈ ਜਿਹੜਾ ਇਹ ਧਰਨਾ ਲਾਇਆ ਗਿਆ। ਐਸ ਐਚ ਓ ਲੌਂਗੋਵਾਲ ਨੂੰ ਅਸੀਂ ਕਈ ਵਾਰ ਮਿਲਲੇ ਕਿਉਂਕਿ ਇਹਨਾਂ ਨੇ ਜਿਹੜੇ ਛੋਟੇ ਬੱਚਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਉਹਨਾਂ ਦੇ ਪਰਚੇ ਪਾ ਕੇ ਭੇਜ ਦਿੰਦਾ, ਜਿਹੜੇ ਵੱਡੇ ਮਗਰ ਬਸ ਨੇ ਨਸ਼ਾ ਵੇਚਣ ਵਾਲੇ ਉਹ ਇਹਨਾਂ ਦੀਆਂ ਕੁਰਸੀਆਂ ਦੇ ਉੱਪਰ ਬਹਿੰਦੇ ਨੇ ਆ ਕੇ, ਉਹਨਾਂ ਨੂੰ ਕੁਛ ਨਹੀਂ ਕਿਹਾ ਜਾਂਦਾ। ਇਹਨਾਂ ਦੇ ਦੋ ਤਿੰਨ ਇਸ਼ੂਜ਼ ਨੇ ਯੂਨੀਅਨਾਂ ਦੇ, ਉਹਦੇ ਸੰਬੰਧ ਜਿਹਨਾਂ ਨੇ ਧਰਨਾ ਲਾਇਆ ਜਿਨ੍ਹਾਂ ਦੇ ਵਿੱਚੋਂ ਇੱਕ ਨਸ਼ੇ ਦਾ ਵੀ ਇਹ ਕਹਿ ਰਹੇ ਨੇ। ਸੋ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਸਾਡੇ DGP ਸਾਹਿਬ ਵੱਲੋਂ SSP ਸੰਗਰੂਰ ਵੱਲੋਂ ਸਾਨੂੰ ਪਹਿਲਾਂ ਬੜੀਆਂ ਸਖ਼ਤ ਹਦਾਇਤਾਂ ਨੇ ਵੀ ਨਸ਼ੇ ਨੂੰ ਅਸੀਂ ਬੜਾ ਪਹਿਲ ਦੇ ਆਧਾਰ 'ਤੇ ਲੈ ਕੇ ਜਿਹੜੀ ਹੈਗੀ ਸਾਰੀ ਉਹ ਪੰਜਾਬ ਦੀ ਪੁਲਿਸ ਕੰਮ ਕਰ ਰਹੀ ਹੈ, ਚਾਹੇ ਉਹ ਕੋਈ ਵੀ ਵਿੰਗ ਹੋਵੇ। ਔਰ ਇਸ ਨੂੰ ਲੈ ਕੇ ਅਸੀਂ ਲੌਂਗੋਵਾਲ ਦੇ ਵਿੱਚ ਵੀ ਮੈਨੂੰ ਹਾਲੇ 2 ਹਫ਼ਤੇ ਹੋਏ ਨੇ ਇੱਥੇ ਚਾਰਜ ਲਏ ਨੂੰ, ਅਸੀਂ ਸਕੂਲਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਜਿਹੜੀਆਂ ਹੈਗੀਆਂ ਨੇ ਕਮੇਟੀਆਂ ਵੀ ਬਣਾ ਰਹੇ ਹਾਂ ਔਰ ਡੇਲੀ ਦੀਆਂ ਅਸੀਂ ਮੀਟਿੰਗ ਵੀ ਕਰ ਰਹੇ ਹਾਂ ਲੋਕਾਂ ਦੇ ਨਾਲ ਤਾਂ ਕਿ ਪਬਲਿਕ ਨੂੰ ਅਵੇਅਰ ਕੀਤਾ ਜਾ ਸਕੇ। ਔਰ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਇਹਨਾਂ ਪਿਛਲੇ 2 ਹਫ਼ਤਿਆਂ ਦੇ ਵਿੱਚ ਕਾਫੀ ਬੰਦਿਆਂ ਨੂੰ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਵੀ ਕਰਵਾਇਆ ਔਰ ਪਰਚੇ ਵੀ ਦਿੱਤੇ ਨੇ। ਸੋ ਅਸੀਂ ਲੱਗੇ ਹੋਏ ਜੀ ਦਿਨ ਰਾਤ, ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਕਿ ਤੁਸੀਂ ਸਾਡਾ ਸਾਥ ਦਿਓ, ਪਬਲਿਕ ਵੀ ਸਾਥ ਦੇਵੇ, ਕਿਉਂਕਿ ਇਹ ਸਾਰਿਆਂ ਲਈ ਇਹ ਸਮੱਸਿਆ ਇਕੱਲੀ ਪੁਲਿਸ ਦੀ ਨਹੀਂ, ਸਾਡੇ ਸਮਾਜ ਦੀ ਸਮੱਸਿਆ, ਸਾਰਿਆਂ ਦੀ ਸਮੱਸਿਆ। ਔਰ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਪੂਰਨ ਤੌਰ 'ਤੇ ਜਿਹੜਾ ਹੈਗਾ ਪੁਲਿਸ ਦਾ ਸਹਿਯੋਗ ਦੇਵਾਂਗੇ।